بسم اللہ الرحمن الرحیم، میرا نام محمد شہزاد، تسی دیکھ رہے ہو اپنا یوٹیوب چینل ڈیجیٹل کاؤ فارمنگ۔ سارے دوستاں بھراواں نوں پتہ کہ ساڈا اے جڑا چینل اے دا ایک ہی مقصد ہے مین، کہ اسی اپنے فارم دے متعلق جاں لوگاں نوں مال جانور دے متعلق اپنی رہنمائی جڑی آ اے اپنے متعلق لوکاں تک پہنچاونی، ساڈا ایک ہی مقصد آ۔ ਅੱਜ ਸਾਡੇ ਕੋਲ ਇੱਕ ਭਰਾ ਨੇ ਮੇਰੇ ਨੇ ਸਵਾਲ ਕੀਤਾ ਸੀ ਕਿ ਜਿਹੜੇ ਅਸੀਂ ਫਾਰਮ ਤਾਂ ਪਾ ਲਿਆ, ਸਾਰਾ ਕੁਝ ਕਰ ਲਿਆ, ਫਾਰਮ ਦੇ ਉੱਤੇ ਜਿਹੜੇ ਅਸੀਂ ਮੁਲਾਜ਼ਮ ਰੱਖਦੇ ਉਹਨਾਂ ਨੂੰ ਮੈਨੇਜ ਕਰਨ ਦਾ ਕੀ ਤਰੀਕਾਕਾਰ ਆ? ਉਹ ਸਾਡੇ ਕੋਲ ਨਹੀਂ ਮੈਨੇਜ ਹੁੰਦੇ, ਉਹ ਕਾਬੂ ਨਹੀਂ ਹੁੰਦੇ। ਉਹਨਾਂ ਦਾ ਤਰੀਕਾਕਾਰ ਇਹ ਆ ਕਿ ਕੁਝ ਭਰਾ ਸਾਡੇ ਜਿਹੜੇ ਆ, ਜਿਸ ਤਰ੍ਹਾਂ ਫਾਰਮਾਂ ਦੇ ਉੱਤੇ ਭਰਾਵਾਂ ਨੇ ਸਾਡਿਆਂ ਨੇ ਮੁਲਾਜ਼ਮ ਰੱਖੇ ਹੁੰਦੇ ਆ ਪੇਸ਼ਗੀ ਵਾਲੇ, ਕੁਝ ਭਰਾਵਾਂ ਨੇ ਰੱਖੇ ਹੁੰਦੇ ਆ ਜਿਹੜੇ ਨਗਦੋ ਨਗਦੀ, ਨਗਦੋ ਨਗਦੀ ਤੋਂ ਮੁਰਾਦ ਇਸ ਤਰ੍ਹਾਂ ਕਿ ਡੇਲੀ ਦੀ ਡੇਲੀ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਦਿੱਤੀ ਜਾਂਦੀ ਆ। ਕੁਛ ਭਰਾ ਜਿਹੜੇ ਆ ਉਹ ਮੰਥਲੀ ਰੱਖਦੇ ਆ, ਕੁਛ ਭਰਾ ਜਿਹੜੇ ਆ ਉਹਨਾਂ ਦੀ ਉਹ ਪੇਸ਼ਗੀ ਦੇ ਕੇ ਸਾਲਾਨਾ ਜਾਂ ਸਾਲ ਦਾ ਕੰਟਰੈਕਟ ਉਹਨਾਂ ਨਾਲ ਪੱਕਾ ਕਰਦੇ ਆ। ਜਿਹੜੇ ਭਰਾ ਇਹ ਫਾਰਮ ਦਾ ਕੰਮ ਕਰਦੇ ਉਹਨਾਂ ਅੱਗੇ ਰਿਕੁਐਸਟ ਇਹ ਆ ਕਿ ਜਿਸ ਟਾਈਮ ਤੁਸੀਂ 20-25 ਲੱਖ ਰੁਪਈਆ, 50 ਲੱਖ ਰੁਪਈਆ ਫਾਰਮ 'ਤੇ ਲਾ ਲੈਂਦੇ ਹੋ, ਫਿਰ ਜਿਹੜਾ ਨੌਕਰ ਰੱਖਣਾ ਹੈ, ਜਿਹੜਾ ਮੁਲਾਜ਼ਮ ਰੱਖਣਾ ਹੈ, ਉਹ ਮਿਹਰਬਾਨੀ ਕਰਨ ਉਸ ਆਪਣੇ ਮੁਲਾਜ਼ਮ ਦੇ ਉੱਤੇ ਆਪਣਾ ਹੱਥ ਨਾ ਘੁੱਟਣ। ਹੱਥ ਘੁੱਟਣ ਤੋਂ ਮੁਰਾਦ ਇਸ ਤਰ੍ਹਾਂ ਕਿ ਜਦੋਂ ਉਹ ਮੁਲਾਜ਼ਮ ਲੱਭਦੇ ਆ, ਕੋਸ਼ਿਸ਼ ਕਰਦੇ ਆ ਕਿ ਜਾਂ ਸਾਨੂੰ ਉਹ ਘੱਟ ਤਨਖਾਹ ਵਾਲਾ ਲੱਭੇ, ਜਾਂ ਬਿਲਕੁਲ ਉਹਦੀ ਪੇਸ਼ਗੀ ਹੋਵੇ ਥੋੜ੍ਹੀ, ਅਤੇ ਉਹਨੂੰ ਅਸੀਂ ਰੱਖੀਏ ਸਾਡੇ ਕੋਲ ਸਾਲ ਦਾ ਪਾਬੰਦ ਹੋ ਜਾਵੇ। ਕਿਉਂਕਿ ਇੱਕ ਉਹ ਜਿਹੜਾ ਸਾਡੇ ਫਾਰਮ 'ਤੇ 20-25 ਲੱਖ ਰੁਪਈਆ ਅਸੀਂ ਲਾ ਕੇ ਜਿਸ ਬੰਦੇ ਨੂੰ ਮਾਲ ਪਾ ਕੇ ਦੇ ਰਹੇ ਹਾਂ ਉਹਦੇ ਜ਼ਿੰਮੇਦਾਰੀ 'ਤੇ ਛੱਡ ਰਹੇ ਹਾਂ, ਜਾਂ ਅਸੀਂ ਉਹਨੂੰ ਉਸ ਮਾਲ ਦੇ ਉੱਤੇ ਇੱਕ ਰੱਖ ਰਹੇ ਹਾਂ ਉਹਦੀ ਆਪਣਾ ਨਿਗਹਦਾਸ਼ਤ ਵਾਸਤੇ, ਇਸ ਵਾਸਤੇ ਜ਼ਰੂਰੀ ਆ ਕਿ ਉਸ ਜਿਹੜਾ ਰੱਖਣ ਵਾਲਾ ਤੁਹਾਡਾ ਬੰਦਾ ਹੈ ਉਹ ਵੀ ਇੱਕ ਇਨਸਾਨ ਆ, ਉਹਦੇ ਬਾਰੇ ਵੀ ਸੋਚਣਾ ਜ਼ਰੂਰੀ ਆ। ਉਹਦਾ ਤਰੀਕਾਕਾਰ ਇਹ ਕਿ ਜਾਂ ਤੁਸੀਂ ਇਸ ਤਰ੍ਹਾਂ ਕਰੋ ਕਿ ਮੰਥਲੀ ਤਨਖਾਹ ਵਾਲਾ ਬੰਦਾ ਲੱਭੋ, ਜਿਹੜਾ ਪ੍ਰੋਪਰ ਇੱਕ ਖਾਨਦਾਨੀ ਬੰਦਾ ਹੋਵੇ, ਜਿਹੜਾ ਅੱਛਾ ਬੰਦਾ ਹੋਵੇਗਾ, ਜਿਸ ਟਾਈਮ ਤੁਸੀਂ ਉਹਨੂੰ ਮੰਥਲੀ ਤਨਖਾਹ ਜਿਹੜੀ ਆ ਉਹਦੀ ਆਪਣਾ ਮਜ਼ਦੂਰੀ ਦੇ ਹਿਸਾਬ ਨਾਲ ਦਿਓਗੇ ਨਾ। ਮਿਸਾਲ ਤੌਰ 'ਤੇ ਕਿ ਅਗਰ ਆਮ ਰੂਟੀਨ ਨਾਲ 15,000 ਰੁਪਏ ਚੱਲ ਰਹੀ ਆ, ਅਤੇ 15,000 ਨਹੀਂ ਜਿਹੜਾ ਤੁਸੀਂ ਮੁਲਾਜ਼ਮ ਰੱਖ ਰਹੇ ਹੋ, ਉਹ ਫਾਰਮਰ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖੀਏ ਕਿ ਜਿਹੜਾ ਅਸੀਂ ਬੰਦਾ ਰੱਖ ਰਹੇ ਹਾਂ ਇਹਦਾ 15,000 ਦੇ ਨਾਲ ਮਹੀਨੇ ਦਾ ਗੁਜ਼ਾਰਾ ਹੋ ਸਕਦਾ ਹੈ। ਅੱਜ ਦੀ ਮਹਿੰਗਾਈ ਨੂੰ ਲੈ ਕੇ ਸਾਰੀਆਂ ਚੀਜ਼ਾਂ ਨੂੰ ਸੋਚ ਕੇ ਉਹ ਦੇਖੇ ਕਿ ਉਹਦਾ ਗੁਜ਼ਾਰਾ ਹੋ ਸਕਦਾ। ਜੇ ਉਹਦਾ 15,000 ਰੁਪਏ ਨਾਲ ਉਹਦਾ ਗੁਜ਼ਾਰਾ ਨਹੀਂ ਹੋ ਸਕਦਾ, ਉਹ 20-25 ਵਾਲਾ ਹੈ, ਅਤੇ ਫਿਰ ਉਹਦੇ ਕੋਲ ਜਿਹੜਾ ਫਾਰਮ ਮੁਲਾਜ਼ਮ ਆ ਕਦੀ ਵੀ ਨਹੀਂ ਉਹਦੇ ਕੋਲ ਰਹੇਗਾ। ਇਹ ਕਿਸੇ ਸੂਰਤ ਵੀ ਨਹੀਂ ਹੋ ਸਕਦਾ ਕਿ ਉਹ ਤੁਹਾਨੂੰ ਕਮਾ ਕੇ ਫਿਰ ਦੇਵੇ। ਇਸ ਵਾਸਤੇ ਜ਼ਰੂਰੀ ਆ ਉਹ ਬੰਦਾ ਜਿਹੜਾ ਤੁਹਾਡੇ ਕੋਲ ਆਵੇ, ਜਿਹੜਾ ਵੀ ਤੁਹਾਡੇ ਕੋਲ ਬੰਦਾ ਆਉਂਦਾ ਹੈ, ਉਹ ਇਸ ਲੈਕ ਉਹਨੂੰ ਸਮਝੋ, ਇਸ ਲੈਕ ਉਹਨੂੰ ਕਰੋ, ਇੰਨਾ ਉਹਦੀ ਸਪੋਰਟ ਕਰੋ ਕਿ ਜੇ ਤੁਸੀਂ 20-25 ਲੱਖ ਰੁਪਈਆ, 50 ਲੱਖ ਰੁਪਈਆ ਮਾਲ 'ਤੇ ਲਾ ਰਹੇ ਹੋ, ਕੋਸ਼ਿਸ਼ ਕਰੋ ਕਿ 2,000 ਰੁਪਏ ਉਹਦੀ ਤਨਖਾਹ ਜਿਹੜੀ ਆ ਉਹ ਮੰਥਲੀ ਵੱਧ ਹੋਵੇ। 2,000 ਰੁਪਏ, 3,000 ਰੁਪਏ ਤੁਸੀਂ ਉਹਨੂੰ ਅਗਰ ਮੰਥਲੀ ਤਨਖਾਹ ਵੱਧ ਦੇਵੋਗੇ, ਜਿਹੜਾ ਉਹ ਬੰਦਾ ਤੁਹਾਡੇ ਇੰਨੇ ਮਾਲ ਦੀ ਇਸ ਪ੍ਰੋਜੈਕਟ ਨੂੰ ਇੰਨਾ ਉਹਦੀ ਨਿਗਹਦਾਸ਼ਤ ਕਰ ਰਿਹਾ ਹੈ, ਤਾਂ ਫਿਰ ਜਿਹੜਾ ਉਹ ਮਜ਼ਦੂਰ ਹੋਏਗਾ ਨਾ, ਉਹ ਤੁਹਾਡੇ ਮਾਲ ਦੀ ਨਿਗਹਦਾਸ਼ਤ ਅੱਛੀ ਕਰੇਗਾ, ਤੁਹਾਡੇ ਕੋਲੋਂ ਛੱਡ ਕੇ ਜਾਣ ਦਾ ਨਾਂ ਨਹੀਂ ਲਏਗਾ। ਅਸੀਂ ਇੱਥੇ ਕੀ ਕਰਦੇ ਹਾਂ, ਅਸੀਂ ਮੁਲਾਜ਼ਮ ਦੀਆਂ ਕਮਜ਼ੋਰੀਆਂ ਲੱਭਦੇ ਹਾਂ। ਮਿਸਾਲ ਤੌਰ 'ਤੇ ਕਿ ਉਹਨੂੰ ਜ਼ਰੂਰਤ ਹੋਵੇ, ਉਹਨੂੰ ਪੇਸ਼ਗੀ ਦੇ ਕੇ 50-60,000 ਰੁਪਈਆ ਸਾਲ ਆਪਣੇ ਤਾਬੇ ਕਰ ਲਈਏ ਜਾਂ ਕਿੱਦਾਂ ਹੈ, ਉਹਦਾ ਤਰੀਕਾਕਾਰ ਇਹ ਕੀ ਹੁੰਦਾ ਹੈ ਕਿ ਉਹਦਾ ਜਿਹੜਾ ਦੂਸਰਾ ਇੱਕ ਪੋਜ਼ਿਟਿਵ ਰਿਸਪੋਂਸ ਸਾਨੂੰ ਲੱਭਦਾ ਹੈ ਨਾ ਉਹਦੀ ਤਰਫੋਂ, ਮੁਲਾਜ਼ਮ ਦੀ ਤਰਫੋਂ, ਉਹ ਇਹ ਹੁੰਦਾ ਕਿ ਮਿਸਾਲ ਤੌਰ 'ਤੇ ਤੁਹਾਡੇ ਕੋਲ 10 ਜਾਨਵਰ ਹੈ ਨਾ, 10 ਜਾਨਵਰਾਂ ਦੇ ਵਿੱਚੋਂ 2 ਨੂੰ ਪਾਣੀ ਡਹਾਇਆ, 8 ਨੂੰ ਨਾ ਡਹਾਇਆ, ਉਦਾਂ ਹੀ ਬੰਨ ਛੱਡੇ। ਜਦੋਂ ਤੁਸੀਂ ਨੌਕਰ ਦਾ, ਮੁਲਾਜ਼ਮ ਦਾ ਆਪਣੇ ਦਾ ਪੂਰਾ ਖਿਆਲ ਰੱਖੋਗੇ, ਉਹਦੀਆਂ ਜ਼ਰੂਰਤਾਂ ਪੂਰੀਆਂ ਕਰੋਗੇ ਸਾਰੀਆਂ, ਉਹਦੇ ਬੱਚਿਆਂ ਦਾ ਖਿਆਲ ਰੱਖੋਗੇ, ਸਿਰਫ ਫਰਕ ਕਿੰਨਾ ਪੈਣਾ ਹੈ, ਜੇ ਉਹਨੂੰ ਤੁਸੀਂ 2,000 ਰੁਪਏ ਜਾਂ 3,000 ਰੁਪਏ ਮਹੀਨੇ ਦਾ ਵੱਧ ਦਿੰਦੇ ਹੋ, ਅਤੇ ਸਾਲ ਬਾਅਦ 2,000 ਮਹੀਨੇ ਦਾ ਤੁਸੀਂ ਲਾਓ, ਤਾਂ 24,000 ਦਾ ਫਰਕ ਪੈਂਦਾ ਹੈ। ਉਸ 24,000 ਨੇ ਤੁਹਾਡਾ ਕੀ ਕੰਮ ਕਰਨਾ ਹੈ ਕਿ ਉਸ 24,000 ਰੁਪਏ ਨੇ ਤੁਹਾਨੂੰ, ਹੋ ਸਕਦਾ ਕਿ ਉਹ ਮੁਲਾਜ਼ਮ ਤੁਹਾਡੇ ਜਾਨਵਰਾਂ ਦੀ ਦੇਖਭਾਲ ਇਤਨੀ ਅੱਛੀ ਕਰੇ, ਇਤਨੀ ਕੇਅਰ ਕਰੇ ਕਿ ਉਹ ਤੁਹਾਨੂੰ 2,50,000 ਰੁਪਈਆ ਵੱਧ ਜਾਵੇ। ਅਸੀਂ ਕੀ ਕਰਦੇ ਹਾਂ, ਅਸੀਂ ਮੌਕੇ ਦੇ ਉੱਤੇ 2,000-4,000 ਰੁਪਈਆ, 3,000 ਰੁਪਈਆ ਉਹਨੂੰ ਵੱਧ ਦੇਣਾ ਮੁਨਾਸਬ ਨਹੀਂ ਸਮਝਦੇ, ਗਵਾਰਾ ਨਹੀਂ ਕਰਦੇ, ਜਦਕਿ ਅਸੀਂ ਮਾਲ 'ਤੇ 20-25 ਲੱਖ ਰੁਪਈਆ, 50 ਲੱਖ ਲਾ ਲੈਂਦੇ ਹਾਂ। ਜਾਨਵਰ ਮੰਡੀ ਖਰੀਦਣ ਗਏ ਹਾਂ, ਅਸੀਂ 2-4 ਹਜ਼ਾਰ ਵੱਧ ਖਰੀਦ ਲੈਂਦੇ ਹਾਂ, ਉਹਨੂੰ ਦੇਣ ਵਾਸਤੇ ਅਸੀਂ ਜਿਹੜਾ ਹੱਥ ਘੁੱਟਦੇ ਹਾਂ, ਜਿਸ ਟਾਈਮ ਅਸੀਂ ਹੱਥ ਘੁੱਟਦੇ ਹਾਂ, ਫਿਰ ਉਹ ਸਾਡੇ ਮਾਲ ਨੂੰ ਕਦੀ ਵੀ ਦਿਲ ਜਮੀ ਨਾਲ, ਦਿਲ ਲਗੀ ਨਾਲ ਨਹੀਂ ਸਾਂਭੇਗਾ। ਇਸ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਵੀ ਫਾਰਮਰ ਭਰਾ ਇਹ ਕੰਮ ਦੀ ਤਰਫ ਆ ਰਹੇ ਆ, ਸਭ ਤੋਂ ਪਹਿਲਾਂ ਇਹਨਾਂ ਨੂੰ ਮੈਨੇਜ ਕਰਨਾ, ਜਿਹੜੇ ਤਾਂ ਆਪ ਹੱਥ ਨਾਲ ਕਰਦੇ ਉਹ ਤਾਂ ਬਿਹਤਰੀਨ ਆ, ਜਿਹੜੇ ਹੱਥ ਨਾਲ ਨਹੀਂ ਕਰ ਸਕਦੇ ਉਹਨਾਂ ਦਾ ਮੁਲਾਜ਼ਮ 'ਤੇ ਅਨੁਸਾਰ ਆ,
ਉਹ ਇਹ ਕੋਸ਼ਿਸ਼ ਕਰਨ ਕਿ ਅਸੀਂ ਮੁਲਾਜ਼ਮ ਉਹ ਰੱਖੀਏ ਜਿਹੜਾ ਮੁਲਾਜ਼ਮ ਸਾਡੇ ਕੋਲ ਸਾਲ ਇੱਕ ਕਮੋ ਪੇਸ਼ ਸਾਲ ਸਾਡੇ ਕੋਲ ਇੱਕ ਗੁਜ਼ਾਰੇ ਸਾਡੇ ਮਾਲ ਨੂੰ, ਕਿਉਂਕਿ ਉਹਨੂੰ ਸਮਝਦੇ ਜਿਸ ਟਾਈਮ ਤੁਸੀਂ ਨਵਾਂ 2 ਮਹੀਨੇ ਇੱਕ ਮੁਲਾਜ਼ਮ ਰਿਹਾ 2 ਮਹੀਨੇ ਇੱਕ ਉਹਨੂੰ ਸਮਝਦੇ ਆ ਜਿਹੜਾ ਉਹ 2 ਮਹੀਨੇ ਲੱਗ ਜਾਂਦੇ ਅੱਗੇ ਮੁਲਾਜ਼ਮ ਨਵਾਂ ਆ ਜਾਂਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮਾਲ ਜਾਨਵਰ ਕਿਸ ਤਰ੍ਹਾਂ ਬੰਨਣਾ ਕਿਸ ਤਰ੍ਹਾਂ ਛੱਡਣਾ ਕਿੱਥੇ ਬੰਨਣਾ ਕੀ ਇਹਦਾ ਤਰੀਕਾਕਾਰ ਹੈ, ਫਾਰਮ ਦਾ ਸੈਟਅਪ ਨੂੰ ਸਮਝ ਨਹੀਂ ਸਕਦਾ। ਇਸ ਵਾਸਤੇ ਜਿਹੜਾ ਮੁਲਾਜ਼ਮ ਤੁਹਾਡਾ ਸਮਝਿਆ ਹੁੰਦਾ ਹੈ ਸੈਟਅਪ ਨੂੰ, ਉਹਨੇ ਕੰਟਰੋਲ ਕੀਤਾ ਹੁੰਦਾ, ਉਹਨੂੰ ਕੋਸ਼ਿਸ਼ ਕਰੋ ਕਿ ਕਮੋ ਪੇਸ਼ ਤੁਹਾਡੇ ਕੋਲ ਸਾਰ ਰਹੇ। ਜਿਸ ਟਾਈਮ ਤੁਸੀਂ ਉਹਦੀਆਂ ਜ਼ਰੂਰਤਾਂ ਦਾ ਖਿਆਲ ਰੱਖੋਗੇ ਕਦੀ ਵੀ ਨਹੀਂ ਇਹ ਹੋ ਸਕਦਾ ਕਿ ਉਹ ਮੁਲਾਜ਼ਮ ਜਿਹੜਾ ਹੈ ਤੁਹਾਨੂੰ ਛੱਡ ਕੇ ਕਿਸੇ ਦੂਸਰੇ ਬੰਦੇ ਕੋਲ ਜਾਵੇ। ਅਤੇ ਉਸ ਤੋਂ ਬਾਅਦ ਜੇ ਤੁਸੀਂ 2-4 ਹਜ਼ਾਰ ਰੁਪਇਆ ਵੱਧ ਦਿਓਗੇ ਤਾਂ ਕਦੀ ਵੀ ਦੂਸਰਾ ਫਾਰਮਰ ਜਿਹੜਾ ਥਰਡ ਬੰਦੇ ਸ਼ੈਤਾਨੀਆਂ ਕਰਦੇ ਆ ਕਿ ਮੇਰੇ ਕੋਲ ਆ ਜਾ ਮੈਂ ਤੈਨੂੰ ਵੱਧ ਦਿੰਦਾ, ਜਦੋਂ ਤੁਹਾਡਾ ਪਹਿਲਾਂ ਹੀ 2 ਹਜ਼ਾਰ ਵੱਧ ਹੋਏਗਾ ਕਦੀ ਵੀ ਉਹ ਮੁਲਾਜ਼ਮ ਨੂੰ 2-4 ਹਜ਼ਾਰ ਵੱਧ ਨਹੀਂ ਦੇ ਕੇ ਲੈ ਕੇ ਜਾਏਗਾ ਤਾਂ ਕਦੀ ਵੀ ਮਜ਼ਦੂਰ ਤੁਹਾਡਾ ਜਿਹੜਾ ਨਾ ਤੁਹਾਨੂੰ ਛੱਡ ਕੇ ਨਹੀਂ ਜਾਏਗਾ। ਇਸ ਵਾਸਤੇ ਜ਼ਰੂਰੀ ਆ ਕਿ ਇਹਨਾਂ ਚੀਜ਼ਾਂ ਦਾ ਛੋਟੀਆਂ ਛੋਟੀਆਂ ਗੱਲਾਂ ਹੈ ਲੇਕਿਨ ਇਹ ਛੋਟੀਆਂ ਛੋਟੀਆਂ ਗੱਲਾਂ ਫਾਰਮਰ ਨੂੰ ਅੱਗੇ ਲੈ ਜਾਂਦੀਆਂ ਹੈ, ਇਹਨਾਂ ਨਾਲ ਫਾਰਮਰ ਦਾ ਬਹੁਤ ਫਾਇਦਾ ਹੈ। ਇਹਨਾਂ ਨੂੰ ਮੱਦੇਨਜ਼ਰ ਰੱਖੇ, ਇਹਨਾਂ ਦਾ ਖਿਆਲ ਰੱਖੇ, ਕਾਮਯਾਬ ਫਾਰਮਰ ਵਾਸਤੇ ਹਰ ਚੀਜ਼ ਨੂੰ ਆਪਣੇ ਸੱਜੇ ਖੱਬੇ ਅੱਗੇ ਪਿੱਛੇ ਦੇਖ ਕੇ ਚੱਲਣਾ, ਮੈਨੇਜ ਕਰਕੇ ਚੱਲਣਾ ਬਹੁਤ ਜ਼ਰੂਰੀ ਆ। ਜਿਹੜੀਆਂ ਚੀਜ਼ਾਂ ਦਾ ਸਾਡੇ ਫਾਰਮਰ ਭਰਾ ਅੱਜ ਕੱਲ੍ਹ ਨਹੀਂ ਖਿਆਲ ਰੱਖਦੇ ਇਸ ਵਾਸਤੇ ਉਹ ਖਤਾ ਖਾਂਦੇ ਆ। ਜਿਸ ਤਰ੍ਹਾਂ ਸਾਡੇ ਇੱਕ ਦੋਸਤ ਨੇ ਮਾਲ ਲੈ ਕੇ ਆਉਂਦਾ 1 ਮਹੀਨਾ ਇੱਕ ਮੁਲਾਜ਼ਮ ਰੱਖਿਆ, ਦੋ ਮਹੀਨੇ ਇੱਕ ਰੱਖਿਆ, ਇਸ ਕਰਕੇ ਉਹਨੂੰ ਪੁੱਛਿਆ ਕਿ ਤੇਰੇ ਲੋਸ ਹੋਣ ਦਾ ਤੇਰੇ ਕਾਰੋਬਾਰ ਦੇ ਅੰਦਰ ਤੈਨੂੰ, ਉਹਨੇ ਕਿਹਾ ਮੇਰੇ ਨੌਕਰ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਕਰਦਾ ਸੀ, ਚਵਾਈ ਵਾਲਾ ਮੇਰੇ ਕੋਲ ਮਾਲ ਸੀ, ਕੋਈ ਡੰਗਰ ਉਹਨੇ ਪੂਰਾ ਚੋਲਿਆ, ਕੋਈ ਨਾ ਚੋਲਿਆ, ਕਿਸੇ ਥਾਂ 'ਚ ਦੁੱਧ ਰਹਿ ਗਿਆ, ਕਿਸੇ ਗਾਈ ਨੂੰ ਸਾੜੂ ਬਣ ਗਿਆ, ਕਿਸੇ ਨੂੰ ਕੋਈ ਨੁਕਸ ਬਣ ਗਿਆ, ਕਿਸੇ ਨੂੰ ਕੁਛ ਬਣ ਗਿਆ। ਮੈਂ ਕਿਹਾ ਉਹਦੀ ਤਨਖਾਹ ਕੀ ਸੀ? ਤਨਖਾਹ ਸੀ ਉਹਦੀ 14 ਹਜ਼ਾਰ ਰੁਪਇਆ, ਉਹਦੀ ਪੇਸ਼ਗੀ ਸੀ 2.5 ਲੱਖ ਰੁਪਇਆ। ਤਾਂ ਮੈਂ ਕਿਹਾ 14 ਹਜ਼ਾਰ ਨਾਲ ਦਾ ਗੁਜ਼ਾਰਾ ਹੁੰਦਾ ਸੀ? ਇਹ ਨਹੀਂ ਜੀ। ਮੈਂ ਕਿਹਾ ਇਹ ਚੀਜ਼ਾਂ ਫਿਰ ਆਪਣੇ ਜ਼ਿਹਨ ਦੇ ਅੰਦਰ ਰੱਖਣੀਆਂ ਜ਼ਰੂਰੀ ਆ, ਇਹਨਾਂ ਚੀਜ਼ਾਂ ਨੂੰ ਮੈਨੇਜ ਕਰੋ ਜੇ ਕਾਮਯਾਬ ਹੋਣਾ ਹੈ। ਅਤੇ ਇਸ ਵਾਸਤੇ ਸਾਡਾ, ਮੈਂ ਇਹ ਜ਼ਰੂਰੀ ਸਮਝਿਆ ਕਿ ਭਰਾਵਾਂ ਨੂੰ ਵੀ ਜਿਹੜੇ ਭਰਾ ਸਾਡੇ ਕੋਲੋਂ ਸਵਾਲ ਕਰਦੇ ਆ ਜਾਂ ਮੇਰੇ ਦੋਸਤ ਦੇ ਨਾਲ ਜਿਸ ਤਰ੍ਹਾਂ ਹੋਇਆ ਹੈ, ਇਸ ਤਰ੍ਹਾਂ ਭਰਾਵਾਂ ਦੇ ਅੱਗੇ ਵੀ ਇਹ ਜਿਹੜੀ ਹੈ ਨਾ ਮਾਲੂਮਾਤ ਰੱਖਣੀ ਚਾਹੀਦੀ ਆ ਕਿ ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖੋ ਪਹਿਲਾਂ। ਇਸ ਵਾਸਤੇ ਭਰਾਵਾਂ ਅੱਗੇ ਰਿਕੁਐਸਟ ਆ ਕਿ ਇਸ ਚੀਜ਼ਾਂ ਨੂੰ ਮੱਦੇਨਜ਼ਰ ਰੱਖੋ। ਉਸ ਤੋਂ ਬਾਅਦ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰੋ। ਜੇ ਸਾਡੀ ਕੋਈ ਗੱਲ ਅੱਛੀ ਲੱਗਦੀ ਆ ਭਰਾਵਾਂ ਤੱਕ ਪਹੁੰਚਦੀ ਆ, ਤਾਂ ਇਹਦੇ ਮਤਬਾਦਲ ਅਸੀਂ ਤੁਹਾਡੇ ਕੋਲੋਂ ਕੀ ਮੰਗਦੇ ਹਾਂ? ਕੋਈ ਚੀਜ਼ ਨਹੀਂ, ਸਿਰਫ ਇਹ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਸ਼ੇਅਰ ਕਰੋ, ਤਾਂ ਕਿ ਕਿਸੇ ਥਰਡ ਬੰਦੇ ਦੇ ਕੋਲ ਵੀ, ਕਿਸੇ ਹੋਰ ਬੰਦੇ ਨੂੰ ਵੀ ਇਹਨਾਂ ਮਾਲੂਮਾਤ ਵਾਲੀਆਂ ਵੀਡੀਓ ਤੋਂ ਕੋਈ ਨਾ ਕੋਈ ਉਹਨਾਂ ਨੂੰ ਫਾਇਦਾ ਹਾਸਲ ਹੋਵੇ। ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਅਸਲਾਮੁਅਲੈਕੁਮ ਵਰਹਮ